बिनती असद की गोद में नाजिल हुआ वो नूर, बिनती असद की गोद में नाजिल हुआ वो नूर, रोशनी इतनी हुई खालिक नजर आने लगा। रोशनी इतनी हुई खालिक नजर आने लगा। काबा में अली के ज़हूर से, काबा में अली के ज़हूर से, काबे की बड़ी है शान ले लो कसम। ਕੋਠੇ ਦੀ ਅੰਦਰ ਜਾਂ ਬਾਹਰ ਡਿੱਗੇ, ਡਾਕਟਰ ਸਾਹਿਬ ਕਿੱਥੇ ਨੇ? ਇਹ ਮੇਰਾ ਫਿਕਰ ਹੈ, ਮੇਰੇ ਸਾਹਮਣੇ ਆ ਕੇ ਸੁਣ ਲਓ। ਕੰਧ ਕੋਠੇ ਦੀ ਅੰਦਰ ਜਾਂ ਬਾਹਰ ਡਿੱਗੇ, ਅਜੇ ਤੁਸੀਂ ਵੇਖੋ। ਕੰਧ ਕੋਠੇ ਦੀ ਅੰਦਰ ਜਾਂ ਬਾਹਰ ਡਿੱਗੇ, ਅੱਲਾਹੁ ਅਕਬਰ, ਅੱਲਾਹੁ ਅਕਬਰ। ਕੰਧ ਕੋਠੇ ਦੀ, ਜੀ ਮੇਰੇ ਨੂੰ ਵੇਖੋ, ਕੰਧ ਕੋਠੇ ਦੀ ਅੰਦਰ ਜਾਂ ਬਾਹਰ ਡਿੱਗੇ, ਸੱਚ ਡਿੱਗਣ ਦਾ ਜ਼ਿਹਨੋਂ ਨਹੀਂ ਡਰ ਜਾਂਦਾ। ਕੰਧ ਡਿੱਗੀ ਬੀਬੀ ਸਗੋਂ ਆਈ ਅੰਦਰ, ਇਹ ਜੁਮਲਾ ਮੁਨਾਫਕ ਨੂੰ ਭਰ ਜਾਂਦਾ। ਬਿੰਤੇ ਅਸਦ ਨੇ ਰੱਖੀ ਕਾਬੇ ਦੀ ਇੱਜ਼ਤ, ਸੱਚ ਅੱਖਾਂ ਦੇ ਸ਼ਰਮ ਵਿੱਚ ਸਰ ਜਾਂਦਾ। ਛੇਤੀ ਆਉਂਦੀ ਨਾ ਦੇ ਮੈਨੂੰ ਕਾਬੇ ਦੀ ਸੌਂ, ਕਮਾ ਚੱਲ ਕੇ ਬੀਬੀ ਦੇ ਘਰ ਜਾਂਦਾ। ਸ਼ਹਿਰ ਨੇ ਕੋਈ ਹੁੰਦਾ, ਬਿਨਾਂ ਬੂਹੇ ਦੇ ਸ਼ਹਿਰ ਨੇ ਕੋਈ ਹੁੰਦਾ। ਬੂਹਾ ਲੱਗਾ ਤੇ ਸ਼ਹਿਰ ਨੂੰ ਚੈਨ ਆਇਆ, ਬੂਹਾ ਲੱਗਾ ਤੇ ਸ਼ਹਿਰ ਨੂੰ ਚੈਨ ਆਇਆ। ਵੱਡਾ ਬੂਹਾ ਸੀ, ਛੋਟੇ ਬੂਹੇ ਲੰਘਿਆ ਨਾ, ਤੇ ਹੁਕਮ ਕਾਬੇ ਦੀ ਕੰਧ ਨੂੰ ਡਹਿਣ ਆਇਆ। ਹਰ ਬੂਹੇ ਨੂੰ ਕੁੰਜੀ ਚੰਦ ਰਿਹਾ ਹੁੰਦਾ,
ਇਸ ਬੂਹੇ ਨੂੰ ਕੁੰਜੀ ਕਿਹੜੀ ਲੱਗੀ ਹੈ? ਕੁੰਜੀ ਨਬੀ ਦੀ ਜੀਭ ਲੱਗੀ ਫਿਰ ਖੁੱਲਿਆ, ਕੁੰਜੀ ਨਬੀ ਦੀ ਜੀਭ ਲੱਗੀ ਫਿਰ ਖੁੱਲਿਆ। ਇੱਜ਼ਤ ਬੂਹੇ ਦੀ ਮੁਸਤਫਾ ਕਹਿਣ ਆਇਆ, ਨਬੀ ਰੱਖੀ ਹੈ ਅਲੀ ਦੀ ਪਾਤੇ ਨੇ, ਨਬੀ ਰੱਖੀ ਹੈ ਅਲੀ ਦੀ ਪਾਤੇ ਨੇ, ਇਵੇਂ ਕਿਸੇ ਵਿਖਾਈ ਨਹੀਂ ਪਾਤ ਰੱਖ ਕੇ। ਅਲੀ ਕਿਸੇ ਦੀ ਸਮਝ ਨਹੀਂ ਆਇਆ, ਮੱਤ ਮਾਰੀ ਹੈ ਸਭ ਦੀ ਮੱਤ ਰੱਖ ਕੇ। ਹੁਣ ਵਾਰਿਸ ਕਾਬਾ ਆ ਗਿਆ ਹੈ, ਪੁੱਤ ਵੇਖ ਲਵੇ ਕੋਈ ਵੱਧ ਰੱਖ ਕੇ। ਅਲੀ ਸੱਚਾ ਰੱਬ ਮਨਵਾਇਆ ਹੈ, ਪੁੱਤਾਂ ਦੀ ਧੌਣ ਤੇ ਲੱਗ ਰੱਖ ਕੇ ਕਾਬਾ ਸੋਲਾ ਰਜਬ ਨੂੰ ਆਏ ਮੁਹੰਮਦ ਮੁਸਤਫਾ। ਆਪਨੇ ਆਖਿਆ, ਮਾਂ ਜੀ ਮੈਨੂੰ ਆਪਣੇ ਵੀਰ ਦੀ ਆਮਦ ਦੀ ਬੜੀ ਖੁਸ਼ੀ ਹੋਈ ਹੈ। ਸੈਯਦਾ ਨੇ ਫਰਮਾਇਆ, ਮੈਂ ਵੀ ਬੜੀ ਖੁਸ਼ ਹਾਂ, ਪਰ ਸੋਚਦੀ ਇਵੇਂ ਵੀ ਉਦੋਂ ਦਾ ਬੇਟਾ ਮੇਰਾ ਨਾਜ਼ਰ ਹੋਇਆ ਮੇਰੀ ਗੋਦ ਵਿੱਚ, ਇੱਕ ਦਿਨ ਹੋਇਆ ਨਹੀਂ, ਇੱਕ ਇੰਨੇ ਅੱਖਾਂ ਨਹੀਂ ਖੋਲੀਆਂ, ਇੱਕ ਇੰਨੇ ਮੇਰੇ ਕੋਲ ਮੰਗਿਆ ਕੁਝ ਨਹੀਂ। ਤੇ ਬਾਗ ਮੁਸਤਫਾ ਫਰਮਾਉਂਦੇ ਨੇ, ਇਹ ਮੇਰਾ ਇਹ ਅਨਫੋਸਾ ਕੁੰਭ, ਇਹ ਮੈਨੂੰ ਦੇਖੋ ਜਰਾ, ਇਹ ਮੇਰੀ ਜਾਨ ਹੈ। ਨਬੀ ਕਰੀਮ ਦੇ ਹੱਥਾਂ ਦੇ ਆਏ ਮੌਲਾ, ਸਾਹਮਣੇ ਚਿਹਰਾ ਮੁਸਤਫਾ ਹੋਇਆ ਤੇ ਮੌਲਾ ਨੇ ਅੱਖਾਂ ਖੋਲੀ। ਤੇ ਨਬੀ ਕਰੀਮ ਨੇ ਫਰਮਾਇਆ, ਅੰਮਾ ਜੀ, ਨਬੀ ਕਰੀਮ ਨੇ ਫਰਮਾਇਆ, ਅੰਮਾ ਜੀ, ਇਸ ਬੇਟੇ ਦੀ ਖਾਹਿਸ਼ ਸੀ ਜਦੋਂ ਮੈਂ ਜਾ ਪਹਿਲੀ ਦੀਦ ਹੀ ਮੁਸਤਫਾ ਦੀ ਦੀਦ ਹੋਵੇ, ਮੈਂ ਹੋਰ ਕਿਸੇ ਨੂੰ ਵੇਖੇ ਨਾ, ਮੈਂ ਹੋਰ ਕਿਸੇ ਨੂੰ ਵੇਖਣੇ ਨਹੀਂ ਸਿਵਾਏ ਮੁਸਤਫਾ ਦੇ। ਫਿਰ ਰੋਇਆ ਇਸ ਵਾਸਤੇ ਨਹੀਂ ਕਿ ਰੋਣ ਵਾਲਿਆਂ ਵਿੱਚੋਂ ਨਹੀਂ, ਕਿਉਂਕਿ ਜਿਹਨਾਂ ਨਾਲ ਸਵੇਰ ਨੂੰ ਜੰਗ ਕਰਨੀ ਹੋਵੇ ਉਹਨਾਂ ਦੇ ਸਾਹਮਣੇ ਰੋਈਦਾ ਨਹੀਂ। ਉੱਥੇ ਕਾਬੇ ਵਿੱਚ ਸਨ ਪਏ ਬੁੱਤ, ਉਹਨਾਂ ਬੁੱਤਾਂ ਨੂੰ ਤਰੋੜਨਾ ਸੀ, ਉਹ ਬੁੱਤ ਸਿਕਣ ਸਨ, ਇਸ ਵਾਸਤੇ ਨਹੀਂ ਸਨ ਰੋਏ। ਅਤੇ ਪਾਕ ਮੁਸਤਫਾ ਫਰਮਾਉਂਦੇ ਨੇ, ਅੱਪਾ ਜੀ
ਇਹਨੇ ਤੁਹਾਡੇ ਕੋਲ ਮੰਗਿਆ ਇਸ ਵਾਸਤੇ ਕੁਝ ਵੀ, ਇਹਨੂੰ ਪਹਿਲੀ ਖੁਰਾਕ ਮੈਂ ਦੇਣੀ ਹੈ। ਹੁਣ ਦਾ ਮੰਦਰ ਤੁਸਾਂ ਦੇਣ ਚ ਰੱਖਣਾ। ਐਨੁੱਲਾ ਦੀਆਂ ਨਜ਼ਰਾਂ ਕੁਝ ਹੁੱਲਾ ਚਿਹਰੇ ਤੇ ਆਏ ਹਾਏ ਬੇਟੇ ਐਨੁੱਲਾ ਨਜ਼ਰਾਂ ਕੁਝ ਹੁੱਲਾ ਚਿਹਰੇ ਤੇ ਯਾ ਅਲੀ ਸਰਕਾਰ ਦੀਆਂ ਨਜ਼ਰਾਂ ਨਬੀ ਕਰੀਮ ਦੇ ਚਿਹਰੇ ਤੇ ਪਾਕ ਮੁਸਤਫਾ ਫਰਮਾ ਦੇ ਮੇਰਾ ਅਖੀ ਤੂੰ ਮੇਰਾ ਵਸੀ ਤੂੰ ਤੂੰ ਮੇਰਾ ਪਾਰਾ ਦਿਲ ਹੈ ਤੂੰ ਮੇਰਾ ਪਾਰਾ ਦਿਲ ਹੈ ਮੇਰੀ ਜਾਨ ਤੂੰ ਮੇਰੀ ਅਦਾ ਤੂੰ ਮੇਰਾ ਆਸਰ ਪਹਿਲਾ ਕੰਮ ਕਿਹੜਾ ਕੀਤਾ ਕਿ ਪਾਕ ਮੁਸਤਫਾ ਦੇ ਥੱਲੇ ਆ ਗਏ, ਅੱਖਾਂ ਖੋਲੀਆਂ ਦੇ ਸਾਹਮਣੇ ਚਿਹਰਾ ਮੁਸਤਫਾ, ਇਹ ਪਹਿਲਾ ਕੰਮ। ਤੇ ਦੂਜਾ ਕੰਮ ਕੀ ਕੀਤਾ? ਸ਼ਹਾਦਤ ਦਿੱਤੀ। ਤੇ ਪਾਕ ਮੁਸਤਫਾ ਦੇ ਹੱਥਾਂ ਦੇ ਅਭੀ ਉਤਰਾ ਨਾ ਥਾ ਜੋ ਹਜ਼ੂਰ ਪੇ ਅਭੀ ਉਤਰਾ ਨਾ ਥਾ ਜੋ ਹਜ਼ੂਰ ਪੇ ਅਲੀ ਨੇ ਪੜਾ ਕੁਰਾਨ ਲੇ ਲੋ ਕਸਮ ਹੁਣ ਕੋਈ ਆ ਸਕਦਾ ਵੀ ਜਿਹੜਾ ਨਾਜ਼ਲ ਨਹੀਂ ਹੋਇਆ ਉਹਨਾਂ ਕਿਵੇਂ ਪੜ ਲਿਆ, ਜਿਹੜਾ ਨਾਜ਼ਲ ਹੀ ਨਹੀਂ ਹਾਲੇ ਹੋਇਆ ਉਹਨਾਂ ਕਿਵੇਂ ਪੜ੍ਹ ਲਿਆ ਹੁੰਦੇ ਆ। ਤੇ ਮੈਂ ਸੂਰਾ ਰਾਜ ਸ਼ਰੀਫ ਦੀ ਆਇਤ ਪੜ੍ਹਨ ਲੱਗਾ। ਅੱਲਾਹ ਫਰਮਾਉਂਦਾ ਕੁਲ ਕਫਾ ਬਿੱਲਾਹਿ ਸ਼ਹੀਦਮ ਬੈਨੀ ਵਬੈਨਕੁਮ ਵਮਨ ਇੰਦਹੂ ਇਲਮੁਲ ਕਿਤਾਬ। ਅੱਲਾਹ ਫਰਮਾਉਂਦਾ ਪਿਆਰੇ ਮੁਸਤਫਾ ਫਰਮਾ ਦੀਜੀਏ ਮੇਰੀ ਸ਼ਹਾਦਤ ਕੇ ਲਈ ਮੇਰਾ ਅੱਲਾਹ ਕਾਫੀ ਹੈ, ਮੇਰੀ ਸ਼ਹਾਦਤ ਕੇ ਲਈ ਮੇਰਾ ਅੱਗੋਂ ਮੈਂ ਜ਼ਰਾ ਸੁਣਿਆ ਜੇ ਔਰ
वो शख्स जिसको किताब का इलम दिया गया। अल्लाह ने नबी करीम से ऐसी दो शादी हैं। अल्लाह ने एक दे मैं खुदा भैया है तो दूसरा वो शख्स है जिन्होंने मैं किताब का इलम दिया है तो जिन्हों अल्लाह ने किताब का इलम दिता है वह भावे मां के नेम से पे पढ़े भावे मां की गोद से पे पढ़े तो भावे नादर और कबीलू पढ़े ओदा जिथे दिल करे पढ़े तो असली एक कुरान सामत एक नाटक सामत हो जो बोलता नहीं ते नाटक है कुरान ने मोहम्मद मुस्तफा वो अली ने प्रा